वहीं राष्ट्रीय अनुसूचित जाति आयोग के चेयरमैन विजय सांपला ने हाल ही में केंद्रीय नागरिक उड्डयन मंत्री ज्योतिरादित्य सिंधिया मुलाकात की इन्हीं विषयों को लेकर हमारे संवाददाता नितिन धीमान ने विजय सांपला से खास बातचीत की है पंजाब दे के आदमपुर एयरपोर्ट लेके विजय सांपला जो कि राष्ट्रीय अनुसूचित आयोग के राष्ट्रीय अध्यक्ष ने ਉਹ ਅੱਜ ਜੋਤੀ ਰਾਤੇ ਸਿੰਦੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਹੋਰ ਵੀ ਮਸਲਿਆਂ ਤੇ ਗੱਲਬਾਤ ਕਰਾਂਗੇ ਆ ਸਰ ਆਦਮਪੁਰ 에어ਪੋਰਟ 2-3 ਸਾਲ ਹੋ ਗਏ ਆਪਰੇਸ਼ਨਲ ਨਹੀਂ ਹੋ ਰਿਹਾ ਅੱਜ ਤੁਸੀਂ ਮੁਲਾਕਾਤ ਕੀਤੀ ਕੀ ਕੁਝ ਗੱਲਾਂ ਹੋਈਆਂ ਅਜੂਦੇ ਚ ਉਹਨਾਂ ਨੇ ਦੱਸਿਆ ਕਿ ਅਸੀਂ ਇਹ ਬਹੁਤ ਵੱਡੀ ਜਿਹੜੀ ਹੈ ਕਰੋਨਾ ਤੋਂ ਬਾਅਦ ਇਹ ਫਲਾਈਟ ਨਹੀਂ ਚੱਲ ਪਾਈ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ 3 ਸਾਲ ਦਾ ਇਹਦਾ ਉਡਾਨ ਦਾ ਜਿਹੜਾ ਐਗਰੀਮੈਂਟ ਸੀਗਾ ਉਸ ਤੋਂ ਬਾਅਦ ਕਿਸੇ ਹੋਰ ਨੇ ਬਿਡ ਨਹੀਂ ਦਿੱਤੀ ਤੇ ਜਦ ਕਿ ਸ਼ਾਇਦ ਉਹਨਾਂ ਨੂੰ ਫੀਡਬੈਕ ਗਲਤ ਗਈ ਹੋਈ ਸੀ ਕਿ ਕਿ ਇਥੋਂ 에ਅਰਲਾਈਨ ਨੂੰ ਘਾਟਾ ਪੈ ਰਿਹਾ ਜਾਂ ਉਹ ਕਹਿ ਰਿਹਾ ਪਰ ਹਕੀਕਤ ਦੇ ਵਿੱਚ ਇਸ ਜਗ੍ਹਾ ਤੋਂ ਹੀ ਸਭ ਤੋਂ ਜ਼ਿਆਦਾ ਉਹਦੀ ਅਕੂਪੇਸ਼ਨ ਸੀਗੀ 98% ਤੋਂ 95 ਤੋਂ ਲੈ ਕੇ 98% ਤੱਕ ਹਮੇਸ਼ਾ ਫਲਾਈਟ ਫੁੱਲ ਰਹੀ ਹੈ। ਔਰ ਇਹ ਕਿਤੇ ਗਲਤ ਫੀਡਬੈਕ ਸੀ ਸ਼ਾਇਦ ਗਵਰਨਮੈਂਟ ਦੇ ਕੋਲ ਜਿਹੜੀ ਮੈਂ ਕਲੀਅਰ ਕਰਕੇ ਆਇਆ ਔਰ ਉਹਨਾਂ ਕੋਲ ਮੈਂ ਇਹ ਸਮਾਂ ਵੀ ਲੈ ਕੇ ਆਇਆ। ਇਹ ਇੱਕ ਹਫਤਾ ਜਿਹੜੇ ਨੈਕਸਟ ਵੀਕ ਜਿਹੜੇ ਫਰਸਟ ਵੀਕ ਦੇ ਵਿੱਚ ਅਸੀਂ ਦੁਬਾਰਾ ਮਿਲਾਂਗੇ ਜਦ ਤੱਕ ਉਹ ਆਪਣੀ ਫੀਡਬੈਕ ਨੂੰ ਦੁਬਾਰਾ ਮੰਗਵਾ ਲੈਣਗੇ ਜਿਹੜਾ ਲੋਡ ਸੀ ਉਹਦੀ ਤੇ ਉਹਦੀ ਕੰਮ ਕੰਦੀ ਉਹ ਕੀਤਾ ਨਹੀਂ ਗਿਆ ਜਿਹਦੇ ਕਰਕੇ ਮੈਨੂੰ ਲੋਕਾਂ ਦਾ ਬੜਾ ਸਿਕਾ ਪ੍ਰੈਸ਼ਰ ਵੀ ਸੀ ਕਿ ਉਹਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਮੇਰਾ ਆਪਣਾ ਉੱਥੇ ਘਰ ਹੋਣ ਕਰਕੇ ਸਾਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਜਿਹਦੇ ਕਰਕੇ ਮੈਂ ਗਿਆ ਸੀ ਔਰ ਉਹਨਾਂ ਨੇ ਇੱਕ ਅੱਛਾ ਰਿਸਪੌਂਸ ਦਿੱਤਾ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਉੱਥੋਂ ਫਲਾਈਟਾਂ ਸ਼ੁਰੂ ਹੋ ਗਈਆਂ ਤਾਂ ਅੰਮ੍ਰਿਤਸਰ ਤੇ ਚੰਡੀਗੜ੍ਹ ਇੱਥੇ ਫਲਾਈਟਾਂ ਦੀ ਓਕੂਪੈਂਸੀ ਘਟ ਜਾਏਗੀ। ਕਿਾ ਇਹ ਕਾਰਨ ਹੈ ਕਿਉਂਕਿ ਉੱਥੇ ਦੇ ਲੋਕ ਹਾਲਾਂਕਿ ਬਾਹਰ ਬਹੁਤ ਰਹਿੰਦੇ ਨੇ। ਨਹੀਂ ਐਹੋ ਜਿਹੇ ਤਾਂ ਕਾਰਨ ਕਿਤੇ ਨਹੀਂ ਹੈਗਾ। ਉਹਦੀ ਓਕੂਪੈਂਸੀ ਘਟ ਜਾਏਗੀ ਉਹਦੀ ਐਸਾ ਕੁਝ ਨਹੀਂ ਹੈ। ਨਾ ਹੀ ਅਸੀ ਕੋਈ ਸੀਗਾ ਸਿਰਫ ਇਹੀ ਕਿਤੇ ਮੈਂ ਕਹਿ ਸਕਦਾ ਕਿ ਮਿਸਲੀਡ ਹੀ ਕੀਤਾ ਗਿਆ ਸੀ ਕਿ ਵੀ ਇੱਥੋਂ ਸ਼ਾਇਦ ਉਹਨਾਂ ਨੂੰ ਘਾਟਾ ਪੈ ਰਿਹਾ ਹੈ। ਔਰ ਇੱਥੇ ਕੋਈ ਹੋਰ ਬਿਡ ਦੇਣ ਨੂੰ ਤਿਆਰ ਨਹੀਂ ਐ ਐਸਾ ਕੋਈ ਤੇ ਮੈਂ ਹੀ ਕਹਾਗਾ ਕਿ ਗਲਤ ਜਾਣਕਾਰੀ ਮੁਹਈਆ ਕਰਾਈ ਗਈ ਸੀ ਜਿਸ ਨੂੰ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਐ ਔਰ ਜਦੋਂ ਮੈਂ ਉਹਨਾਂ ਨੂੰ ਕੁਝ ਗੱਲਾਂ ਦਸੀਆਂ ਤਾਂ ਉਹਨਾਂ ਨੇ ਕਿਹਾ ਕਿ ਠੀਕ ਐ ਮੈਂ ਵੀ ਆਪਣੇ ਤੌਰ ਤੇ ਇਹਦੇ ਤੇ ਦੁਬਾਰਾ ਜਾਂਚੇ ਦੀ ਕਰਵਾਉਣਾ ਐ ਤੇ ਤੁਸੀਂ ਵੀ ਆ ਜਾਓ ਔਰ ਮੈਂ ਤੇ ਵੀ ਕਿਹਾ ਕਿ ਤੁਸੀਂ ਅਗਰ 에ਅਰਲਾਈਨਸ ਨੂੰ ਜਾਂ ਕਿਸੇ ਵੀ ਜਿਹੜਾ ਬੰਦਾ ਤੁਹਾਨੂੰ ਗਲਤ ਫੀਡ ਦੇ ਰਿਹਾ ਤੇ ਮੈਂ ਉਹ ਉਹ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਨਾਲ ਦੱਸ ਦਿਆਂ ਮੈਂ ਗੱਲ ਕਰਕੇ ਕਲੀਅਰ ਕਰ ਦਿੰਦਾ ਉਹੀ ਬੰਦਾ ਤੁਹਾਨੂੰ ਤਾਂ ਕਹੇਗਾ ਕਿ ਬਿਲਕੁਲ ਠੀਕ ਹੈ ਸੋ ਕਿਤੇ ਨਾ ਕਿਤੇ ਕਨਫਿਊਜ਼ਨ ਪੈਦਾ ਹੋਈ ਹੈ ਔਰ ਜੇ ਦੇ ਕਰਕੇ ਉਹ ਫਲਾਈਟ ਜਿਹੜੀ ਮਿਸ ਹੋਈ ਹੈ ਔਰ ਉਹਨੂੰ ਅਸੀਂ ਜਲਦ ਕਲੀਅਰ ਕਰਾਵਾਂਗੇ ਇਸੇ وجہ ਸੈਂਪਲਾਈਨਰ ਕਹਿਣਾ ਕਿ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਤੇ ਆਦਮਪੁਰ 에ਅਰਪੋਰਟ ਜਲਦੀ ਆਪਰੇਸ਼ਨਲ ਕੀਤਾ ਜਾਏਗਾ ਕੁਝ ਚਿੰਜਾਂ ਮਿਸਿੰਗ ਸੀ ਗਿਆ ਉਹ ਜਾਣੂਨਾਂ ਦਾ ਨਾਲ ਜੋਤੀ ਰਾਤ ਸਿੰਦੀ ਨੂੰ ਕਰਾ ਦਿੱਤਾ ਗਿਆ ਦਿੱਲੀ ਤੋਂ ਕੈਮਰਾਮੈਨ ਆਦਿ ਤੇ ਨਾਲ ਨਿਤਿੰਦਮਾਨ ਐਮਐਸਬੀ ਨਿਊਜ਼